बिस्मिल्लाह रहमान रहीम। अस्सलाम वालेकुम जी, कैसे हैं आप सब? उम्मीद है कि सब बंदे खैर खेल सेंगे जी। ब्लॉग का आगाज़ कर रहे हैं तो आज अच्छा सा प्यारा सा एक ब्लॉग बना के हम शेयर कर रहे हैं। कल जो है ना, बेगम साहबा की तबीयत ठीक नहीं थी, मैं भी बीमार था, वो भी बीमार थी, तो इस वजह से जो है ना वो हम एक ब्लॉग नहीं बना सके। तो आज हम अपना ब्लॉग बना रहे हैं। ज़रूर देखिएगा, लाइक शेयर और सपोर्ट ज़रूर कीजिएगा। अच्छा जी, कल का सिर्फ एक ब्लॉग बनाया वा, ਅਤੇ ਉਹ ਵੀ ਪਤਾ ਨਹੀਂ ਕਿੱਦਾਂ ਦਾ ਸੀ, ਕਿੱਦਾਂ ਨਹੀਂ ਪਤਾ ਨਹੀਂ, ਕਿਸੇ ਨੇ ਦੇਖਿਆ ਕਿ ਨਹੀਂ ਦੇਖਿਆ। ਉਸਦੀ ਗੱਲ ਇਹ ਕਿ ਕੱਲ੍ਹ ਮੈਂ ਸਬਜ਼ੀ ਤੋੜੀ ਸੀ, ਅਸੀਂ ਇੰਨੇ ਬਿਮਾਰ ਹੋ ਗਏ ਕਿ ਤਰ ਵੀ ਸਾਨੂੰ ਕੋਈ ਖਾਧੀ ਨਹੀਂ ਗਈ ਹੈਗੀ, ਉਵੇਂ ਤੋੜੀ ਸੀ ਤਾਂ ਉਵੇਂ ਪਈ ਹਾਲੇ ਤੱਕ। ਅਤੇ ਇਹ ਸਬਜ਼ੀ ਵੀ ਉਸੇ ਤਰ੍ਹਾਂ ਹੀ। ਅਤੇ ਹੁਣ ਮੈਂ ਇਹ ਨਾ ਪਹਿਲੇ ਫਰਿੱਜ ਸਾਫ਼ ਕਰਨੀ ਠੰਡੇ ਠੰਡੇ, ਫਿਰ ਉਸ ਤੋਂ ਬਾਅਦ ਇਸ ਸਾਲਨ ਬਣਾ ਕੇ। ਆਪਣੇ ਘਰ ਦੇ ਟਮਾਟਰ ਦਿਖਾਓ, ਇਹ ਸਾਰੇ ਘਰ ਦੇ ਆ, ਇਹ ਜਿੰਨੇ ਪਏ ਪਏ ਰੈੱਡ ਹੋ ਜਾਂਦੇ ਆ, ਦੇਖ ਲਓ। ਇਹ ਉਦਣ ਕੱਚੇ ਜੇ ਤੋੜੇ ਸੀ ਨਾ, ਤੁਸੀਂ ਕਹਿੰਦੇ ਸੀ ਕਿ ਕਿਉਂ ਕੱਚੇ ਤੋੜੇ ਆ? ਹਾਂਜੀ ਦੇਖ ਲਓ, ਹੁਣ ਰੈੱਡ ਹੋ ਗਏ। ਹਾਂਜੀ, ਮੈਂ ਬੱਚਿਆਂ ਨੇ ਕਿਹਾ, ਮੈਂ ਕਿਹਾ ਮੈਨੂੰ ਤਾਂ ਕੱਲ੍ਹ ਬਹੁਤ ਜ਼ਿਆਦਾ ਤਬੀਅਤ ਖਰਾਬ ਸੀ, ਤੁਸੀਂ ਤਰ ਨਹੀਂ ਖਾਧੀ, ਕਹਿੰਦੇ ਸਾਨੂੰ ਤਾਂ ਪਤਾ ਨਹੀਂ ਵੀ ਇਹ ਖਾਈ ਦੀ ਹੈ। ਨਹੀਂ, ਉਹਨਾਂ ਨੇ ਕਿਹਾ ਸਾਨੂੰ ਕਿਹੜਾ ਪਤਾ ਤੋੜ ਕੇ ਰੱਖੀ। ਅੱਛਾ, ਹਾਂਜੀ। ਅਤੇ ਤਾਜ਼ੀ ਤਾਜ਼ੀ ਦਾ ਆਪਣੇ ਮਜ਼ਾ, ਕੜਾਂ 'ਚ ਕੜਾਂ 'ਚ ਕਰਕੇ ਬੰਦਾ ਖਾਂਦਾ, ਜਦੋਂ ਥੋੜ੍ਹੀ ਜਿਹੀ ਉਹ ਹੋ ਜਾਂਦੀ ਹੈ ਨਾ, ਫਿਰ ਉਹ ਇੰਨਾ ਮਜ਼ਾ ਨਹੀਂ ਆਉਂਦਾ। ਅਤੇ ਅੱਛਾ ਜੀ, ਚਲੋ ਹੁਣ ਮੈਂ ਮੰਜੀ ਲੈ ਕੇ ਜਾਂਦੀ ਹਾਂ ਫਰਿੱਜ ਕੋਲ, ਸਾਰੀਆਂ ਚੀਜ਼ਾਂ ਨਿਕਾਲ ਕੇ ਫਰਿੱਜ 'ਚ, ਫਰਿੱਜ ਦੀਆਂ ਮੰਜੀ 'ਤੇ ਰੱਖ ਰਹੇ ਹਾਂ। ਅਤੇ ਬੱਚੇ ਜਦੋਂ ਫਰਿੱਜ ਦੇ ਵਿੱਚ ਚੀਜ਼ ਰੱਖਦੇ ਕਰਦੇ ਨਾ, ਕੋਈ ਨਾ ਕੋਈ ਚੀਜ਼ ਡੋਲ ਦਿੰਦੇ ਆ, ਆਪ ਤਾਂ ਬੰਦਾ ਕਰੇ ਤਾਂ ਬੰਦਾ ਸੰਭਾਲ ਕੇ ਰੱਖਦਾ ਸਹੀ ਤਰੀਕੇ ਨਾਲ, ਤਾਂ ਸਹੀ ਤਰੀਕੇ ਨਾਲ ਚੱਕ ਲੈਂਦਾ ਵਾ। ਅਤੇ ਮੈਂ ਕਿਹਾ ਫਿਰ ਬਹੁਤੀ ਗਰਮੀ ਆ ਜਾਣੀ ਆ, ਫਿਰ ਫਰਿੱਜ ਸਾਫ਼ ਕਰਨੀ, ਬੰਦ ਕਰਨੀ, ਅਤੇ ਫਿਰ ਪਾਣੀ ਵੀ ਜ਼ਰੂਰਤ, ਹਰ ਚੀਜ਼ ਠੰਡੀ ਵੀ ਰੱਖਣੀ, ਖਰਾਬ ਨਾ ਹੋਵੇ। ਅਤੇ ਹਲੇ ਜ਼ਰਾ ਗਰਮੀ ਘੱਟ ਆ, ਅੱਜ ਫਟਾਫਟ ਪਹਿਲੇ ਸਭ ਤੋਂ ਫਰਿੱਜ ਸਾਫ਼ ਕਰਾਂ। ਫਰਸ਼ਾਂ ਦਾ ਕੋਈ ਹਾਲ ਨਹੀਂ ਹੈਗਾ, ਕਿਸੇ ਰੂਮ ਦੇ ਵਿੱਚ ਕੋਈ ਹਾਲ ਨਹੀਂ ਹੈਗਾ, ਸਫਾਈ ਕੀਤੀਆਂ, ਸੈਟਿੰਗ ਕੀਤੀਆਂ, 8 ਦਿਨ ਵੀ ਨਹੀਂ ਲੰਘਦੇ। ਨਹੀਂ, ਆ ਜਿਹੜੀ ਡਸਟ ਆਉਂਦੀ ਹੈ ਨਾ ਥਰੇਸ਼ਰਾਂ ਦੀ, ਹੁਣ 1-2 ਦਿਨਾਂ ਬਾਅਦ ਹੀ ਧੋਵਾਂਗੇ, ਹਲੇ ਵੀ ਕਿਤੇ ਆਸੇ ਪਾਸੇ ਥਰੇਸ਼ਰਾਂ ਚੱਲਦੀਆਂ ਪਈਆਂ। ਹਾਂਜੀ, ਉਹ ਡਸਟ ਸਾਡੇ ਦਰਵਾਜ਼ੇ ਲੱਗਿਆ ਅਤੇ ਅੰਦਰਾਂ ਤੱਕ ਜਾਂਦੀ ਹੈ, ਇੰਨੀ ਬਰੀਕ ਬਰੀਕ ਜਿਹੀ ਉੱਡੀ ਫਿਰਦੀ ਆ। ਅਤੇ ਹੁਣ ਮੈਂ ਇਹਨੂੰ ਸਬਜ਼ੀ ਨੂੰ ਰੱਖਦੀ ਹਾਂ ਉੱਥੇ ਕਿਚਨ 'ਚ, ਅਤੇ ਮੰਜੀ ਲਿਆ ਕੇ ਜਾਂਦੀ ਹਾਂ ਫਰਿੱਜ ਕੋਲ, ਅਤੇ ਫਟਾਫਟ ਫਰਿੱਜ ਪਹਿਲੇ ਧੋ ਲਈਏ, ਅਤੇ ਫਿਰ ਸਾਲਨ ਬਣਾ ਕੇ ਨਾਸ਼ਤਾ ਸੁਬਹਾ ਦਾ ਨਹੀਂ ਕੀਤਾ, ਵੈਸੇ ਹੀ ਆ, ਬੱਚਿਆਂ ਨੂੰ ਸਕੂਲ ਭੇਜ ਕੇ ਕੰਮ ਲੱਗੇ ਹੋਏ, ਇੱਕ ਮੈਂ ਤਲਾਈ ਦਾ ਕਵਰ ਸੀ ਕੇ ਉੱਪਰ ਪਾਇਆ ਵਾ, ਅਤੇ ਬਾਕੀ ਬਰਤਨ ਸ਼ਰਤਨ ਜਿਹੜੇ ਕਿ ਉਹ ਧੋਤੇ ਆ, ਅਤੇ ਹੁਣ ਮੈਂ ਇਹ ਰੱਖ ਲਵਾਂ ਅਤੇ ਫਿਰ ਕਰਦੀ ਹਾਂ। ਇੱਕ ਤਾਂ ਗੇਟ ਫੜਨਾ ਪੈਣਾ, ਗੇਟ ਨਹੀਂ ਰੁਕਣਾ ਜੀ। ਫਰਿੱਜ ਦੀ ਅੱਜ ਮੁਕੰਮਲ ਸਾਫ਼ ਸਫਾਈ ਕਰਾਂਗੇ। ਅਤੇ ਦੇਖਣ ਵਾਲੇ ਭੈਣ ਭਰਾਵਾਂ ਨੇ ਕੱਲ੍ਹ ਆਖਿਆ ਸੀ ਕਿ ਤੁਹਾਡੀ ਵੀਡੀਓ 'ਚ ਕਮੈਂਟਸ ਆਇਆ ਸੀ ਕਿ ਤਰਬੂਜ਼ ਤੁਹਾਡਾ ਜਿਹੜਾ ਨਾ ਬਿਲਕੁਲ ਸਹੀ ਨਿਕਲਿਆ ਵਾ। ਛੋਟੇ ਬੱਚੇ ਆ ਨਾ, ਆਦਨ ਵੀ ਤਾਂ ਹਜੇ ਛੋਟੀ ਆ, ਉਹ ਮਾਰ ਵੀ ਛੋਟਾ ਵਾ, ਆਦਨ ਫਿਰ ਵੀ ਕੁਛ ਖਿਆਲ ਰੱਖਦੀ ਆ, ਅਤੇ ਜਿਹੜਾ ਮਾਰ ਆ ਆਹ ਤੁਸੀਂ ਚੰਗਾ ਕੀਤਾ, ਜਿਹੜੀ ਚਾਰ ਪਾਈ ਕੋਲ ਰੱਖ ਲਈ। ਉਹ ਲੱਗੀ ਓਲ, ਨਹੀਂ ਬੰਦ ਆ, ਲੇਕਿਨ ਉਹ ਮੈਂ ਕਿਹਾ ਗੇਟ ਕਿੰਨਾ ਜ਼ੋਰ ਕੇ ਲੱਗਿਆ। ਹਾਂਜੀ, ਬਹੁਤੀ ਉੱਚੀ ਅੱਗਿਓਂ ਕੀਤੀ ਹੋਈ ਆ।
ਜੀ ਬੇਗਮ ਲੱਗੀ ਹੋਈ ਹੈ ਫਰਿੱਜ ਦੀ ਸਫਾਈ ਕਰਨ, ਕਹਿੰਦੇ ਸੀ ਕਿ ਇਸ ਤਰ੍ਹਾਂ ਕਰਦੇ ਹਾਂ ਕਿ ਪੈਪ ਲਾ ਕੇ ਨਾ ਪਾਣੀ ਨਾ ਧੋ ਲੈਂਦੇ। ਮੈਂ ਕਿਹਾ ਨਹੀਂ, ਨਵੀਂ ਫਰਿੱਜ ਹੈ ਅਤੇ ਇਹ ਨਾ ਹੋ ਸਕਦਾ ਕਿ ਪਾਣੀ ਨਾ ਖਰਾਬ ਨਾ ਹੋ ਜਾਵੇ, ਗਿੱਲਾ ਕੱਪੜਾ ਕਰਕੇ ਹੀ ਮਾਰ ਦਿੰਦੇ ਹਾਂ। ਜਦੋਂ ਦੀ ਅਸੀਂ ਲਈ ਆ ਪਹਿਲੀ ਦਫ਼ਾ ਸਾਫ਼ ਕਰ ਦਿੱਤੇ ਹਾਂ, ਇਹ ਤਾਂ ਸਾਫ਼ ਹੀ ਰਹੀ ਆ। ਦੋ ਕੁ ਦਫ਼ਾ ਮੈਂ ਬਿਮਾਰ ਹੋਈ ਹਾਂ ਅਤੇ ਬੱਚਿਆਂ ਨੇ ਚੀਜ਼ਾਂ ਰੱਖੀਆਂ ਚੱਕੀਆਂ ਵਿੱਚ ਡੋਲ ਦਿੱਤੀਆਂ। ਅੱਛਾ ਜੀ, ਹੁਣ ਜਿਹੜੀਆਂ ਚੀਜ਼ਾਂ ਜਾਲੀਆਂ ਵਗੈਰਾ ਨਿਕਾਲੀਆਂ ਵਾ ਨਾ, ਫਿਰ ਉਸ ਦੇ ਨਾਲ ਅੱਛੀ ਤਰ੍ਹਾਂ ਧੋ ਕੇ ਸੁਕਾ ਕੇ ਫਿਰ ਫਰਿੱਜ 'ਚ ਰੱਖੀਆਂ। ਚੱਕ 'ਚ ਥਰੇਸ਼ਰਾਂ ਬਿਲਕੁਲ ਚੱਕ ਜਿਹੜਾ ਨਾ ਉਹ ਸਾਰੀਆਂ ਜ਼ਮੀਨਾਂ ਨਾਲ ਨਾਲ ਆ, ਇਸ ਕਰਕੇ ਜਿਹੜੇ ਗਾਉਂ ਦੇ ਜਿੰਨੇ ਵੀ ਘਰ ਹੁੰਦੇ ਆ ਨਾ, ਉਹ ਤਕਰੀਬਨ ਡਸਟ ਜਿਹੜੀ ਆ ਨਾ ਉਹ ਆਉਂਦੀ ਆ, ਅਤੇ ਇਸ ਕਰਕੇ ਸਾਡਾ ਨਾ ਬਹੁਤ ਇਹ ਜਿਹੜੇ 15-20 ਦਿਨ ਗੁਜ਼ਰਨੇ ਆ ਨਾ, ਸਾਡੇ ਸਮਝ ਲਓ ਅਜ਼ਾਬ ਦੇ ਗੁਜ਼ਰਨੇ। ਜਿੰਨਾ ਚਿਕਰ ਬਾਰਿਸ਼ ਨਹੀਂ ਆਉਂਦੀ ਉਹਨਾਂ ਚਿਕਰ ਉਹ ਆਉਣੀ ਹੀ ਆਉਣੀ ਆ। ਬਸ ਆ ਗਈਆਂ ਸਾਰੀਆਂ। ਚਲੋ, ਗਰਮੀ ਅੱਜ ਤਾਂ ਸੂਰਜ ਨਿਕਲਦਾ ਹੀ ਬਹੁਤ ਤੇਜ਼ ਆ। ਤੁਸੀਂ ਇੱਥੇ ਬੈਠੇ ਹੋ, ਕੀ ਖਾਂਦੇ ਹੋ ਅਤੇ ਕੀ ਕਰਦੇ ਪਏ ਹੋ? ਹੈਂ, ਚੂਪਾ ਖਾ ਕੇ ਹਟੇ ਹੋ? ਪਹਿਲੇ ਅਸੀਂ ਪੈਸੇ ਘੱਟ, ਹੁਣ ਪੈਸੇ ਵੀ ਤਾਂ ਡਬਲ ਤ੍ਰਿਪਲ। ਹੁਣ ਆਮ ਬੰਦਾ ਫਰਿੱਜ ਲੈ ਹੀ ਨਹੀਂ ਸਕਦਾ। ਫਰਿੱਜ ਲੈਣ ਚੀਜ਼ਾਂ ਕਿੱਦਾਂ ਬਣਦੀਆਂ ਵਾ ਅਤੇ ਕਿੱਦਾਂ ਬੰਦਾ ਲੈਂਦਾ ਵਾ, ਅਤੇ ਯਾਰ ਸਹੀ ਚੱਲੇ ਕੋਈ 2 ਸਾਲ ਫਰਿੱਜ ਸਹੀ ਚੱਲ ਜਾਵੇ, ਉਹ ਇਹ ਨਾ ਕਹਿਣ ਵੀ ਇਹਨਾਂ ਨੇ ਪਤਾ ਨਹੀਂ ਖਰਾਬ ਕਰਕੇ ਵੇਚੀ ਜਾਂ ਕਿੱਦਾਂ, ਲੇਕਿਨ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੋਇਆ ਸੀ। ਅਤੇ ਉਹਨਾਂ ਨੇ ਵੀ ਸਾਨੂੰ ਫੋਨ ਕਰਕੇ ਦੱਸਿਆ, ਉਹਨਾਂ ਨੇ ਸ਼ੁਕਰੀਆ ਅਦਾ ਕੀਤਾ, ਉਹਨਾਂ ਨੇ ਸਾਡਾ ਸ਼ੁਕਰੀਆ ਅਦਾ ਕੀਤਾ ਭਾਈ ਕਿ ਤੁਹਾਡੀ ਫਰਿੱਜ ਤੁਹਾਡੇ ਲਈ ਬਹੁਤ ਅੱਛੀ। ਅਸੀਂ ਕਿਹਾ ਭਾਈ ਅਸੀਂ ਵੀ ਖੁਸ਼ ਹੋਏ ਸੁਣ ਕੇ ਗੱਲ। ਹਾਂਜੀ, ਸਾਡੇ ਕੋਲ ਇੱਥੇ 2 ਸੀ ਤੇ ਅਸੀਂ ਕੀ ਕਰਨੀਆਂ ਸੀ ਨਾਲੇ, ਫਿਰ ਮੈਂ ਇਸ ਕਰਕੇ ਕਿਹਾ, ਮੈਂ ਕਿਹਾ ਨਹੀਂ ਤੁਸੀਂ ਦੋਨੇ ਰੱਖੀ ਤੇ ਰੱਖਣੀਆਂ ਸੀ, ਮੈਂ ਕਿਹਾ ਵੀ ਉਹਨੂੰ ਕੀ ਕਹਿੰਦੇ ਆ ਫਿਰ ਰਾਤ ਨੂੰ ਤਾਂ ਬਿਜਲੀ ਤੇ ਚੱਲਦੀਆਂ ਵਾ। ਹਾਂਜੀ, ਦਿਨੇ ਦਿਨੇ ਸੋਲਰ ਤੇ ਫਿਰ ਉਹਨੇ ਬਿੱਲ ਆਈ ਜਾਣਾ। ਹਾਂਜੀ, ਬਿੱਲ ਵੀ ਆਈ ਜਾਣਾ। ਮੈਂ ਇਸ ਕਰਕੇ ਕਹਿ ਕੇ ਬਸ ਜਾਊਂਗੀ, ਕੋਈ ਜ਼ਰੂਰਤ ਨਹੀਂ ਹੈਗੀ। ਅਤੇ ਨਾਲੇ ਕਿਸੇ ਗਰੀਬ ਦਾ ਵੀ ਭਲਾ ਹੋ ਗਿਆ, ਚਲੋ ਪੁੱਛਣ ਗਿਆ ਸੀ ਉਹਨੂੰ 90,000 ਦੀ, ਉਹਨਾਂ ਨੇ 95,000 ਮੰਗਿਆ ਸੀ ਉਹ ਨਿੱਕੀ ਫਰਿੱਜ ਸਾਡੀ ਦੀ ਜਿਹੜੀ ਸੀ ਵੇਚੀ ਉਹਦੇ ਨਾਲ ਦੀ। ਹਾਂਜੀ, 90,000 ਤੇ ਫਿਰ ਉਹ ਤਕਰੀਬਨ ਘਰ ਲਿਆ, ਕਿਰਾਇਆ ਕਿਰੂਆ ਪਾ ਕੇ 1,10,000 'ਚ ਪੈਣੀ ਸੀ, ਨਾਲ ਸਟੇਪਲਾਈਜ਼ਰ ਲੈ। ਹਾਂਜੀ, 1,10,000 'ਚ ਪੈਣੀ ਸੀਗੀ ਅਤੇ ਉਹ ਉਹਨਾਂ ਦਾ ਸਰ ਨਹੀਂ ਗਿਆ ਆਰਾਮ ਨਾਲ, ਉਹਨਾਂ ਨੂੰ 30,000 ਤੋਂ ਵੀ ਘੱਟ ਹੀ ਉਹਨਾਂ ਦਾ। ਹਾਂਜੀ, ਸਮਝ ਲਓ ਉਹਨਾਂ ਨੂੰ ਕਿਰਾਇਆ ਪਾ ਕੇ 30,000 'ਚ ਘਰ ਪਹੁੰਚ ਗਏ ਆ। ਕਿਰਾਇਆ ਪਾ ਲਓ ਕੋਈ ਤਾਂ ਬਸ, ਬਰਫ ਉਹਨੇ ਵੀ ਬਰਫ ਹੀ ਦਿਵਾਉਣੀ ਸੀਗੀ। ਹਾਂਜੀ, ਉਹਨੇ ਵੀ ਬਰਫ ਹੀ ਦਿਵਾਉਣੀ। ਅਸਲ ਸਾਨੂੰ ਬਿਜਲੀ ਬਹੁਤ ਮਹਿੰਗੀ ਹੈ ਨਾ, ਅਸੀਂ ਮੈਂ ਕਹਿੰਦਾ ਸੀ ਵੀ ਜਿਹੜਾ ਬੰਦਾ ਕੋਈ ਮਾੜੀਆਂ ਮੋਟੀਆਂ ਡੁੱਲਣ ਡੱਲਣ ਵਾਲੀਆਂ ਛਾਵਾਂ ਉਸ ਫਰਿੱਜ 'ਚ, ਹਾਂਜੀ ਇਹ ਉਸ ਫਰਿੱਜ 'ਚ ਰੱਖੀ ਜਾਂਦੇ ਨਾ, ਅਤੇ ਤਾਂ ਕਿ ਇਹ ਨਵੀਂ ਸਾਫ਼ ਸੁਥਰੀ ਰਹਿੰਦੀ, ਇਹ 'ਚ ਸੋਹਣੀਆਂ ਸੋਹਣੀਆਂ ਚੀਜ਼ਾਂ ਰੱਖਦੇ। ਤਕਰੀਬਨ 1 ਸਾਲ ਤੋਂ ਜ਼ਿਆਦਾ ਹੋ ਗਿਆ ਫਰਿੱਜ
ਛਾਵਾਂ ਰੱਖਦੀ ਚੱਕਦੀ ਨੂੰ ਕੋਈ ਇੱਛਾ ਨਾ ਡੋਲੀ ਨਾ ਕੁਛ। ਆਹ ਦੋ ਕੁ ਵਾਰੀ ਮੈਂ ਬਿਮਾਰ ਹੋਈ ਹਾਂ ਫਿਰ ਬੱਚਿਆਂ ਨੇ ਆਪੇ ਸਾਲਣ ਕੱਢ ਕੇ ਨਾ ਗਰਮ ਕੀਤਾ ਫਰਿੱਜ ਤੋਂ ਰੱਖਣ ਲੱਗੇ ਆ ਤਾਂ ਨਹੀਂ ਕਰਕੇ ਤਾਂ ਵਿੱਚ ਰੋਲ ਦਿੰਦੇ ਉਹ ਧੋ ਕੇ ਨਾ ਇਸ ਜਗ੍ਹਾ 'ਤੇ ਮੈਂ ਇਹਨਾਂ ਨੂੰ ਖੜੀਆਂ ਕਰਦਾ ਹਾਂ ਇਹ ਨਾ ਜਲਦੀ ਸੁੱਕ ਜਾਣਗੀਆਂ ਹੈ ਨਾ ਜੀ। ਇਸ ਵਕਤ ਮੈਂ ਪੌਦਿਆਂ ਨੂੰ ਪਾਣੀ ਲਗਾ ਰਿਹਾ ਸੀ ਇਹ ਸਾਰੇ ਨਾਜਾਬ ਪੌਦੇ ਨੇ ਬਹੁਤ ਕੀਮਤੀ ਪੌਦੇ ਨੇ ਇਹ ਚਾਚੂ ਜੀ ਨੇ ਸਪੈਸ਼ਲ ਪੌਦੇ ਮੰਗਵਾਏ ਨੇ ਬਾਹਰਲੇ ਮੁਲਕਾਂ ਤੋਂ ਠੀਕ ਹੈ ਨਾ ਅਤੇ ਇੱਥੇ ਸਾਡੇ ਪਾਕਿਸਤਾਨ 'ਚ ਵੀ ਮਿਲਦੇ ਨੇ ਅਤੇ ਬਹੁਤ ਕੀਮਤੀ ਪੌਦੇ ਨੇ ਅਤੇ ਮੈਂ ਇਹਨਾਂ ਨੂੰ ਪਾਣੀ ਲਗਾ ਰਿਹਾ ਸੀ ਅਤੇ ਹੁਣ ਮੈਂ ਦੱਸ ਰਿਹਾ ਕਿ ਇਹ ਜਿਹੜਾ ਨਾ ਸ਼ੈੱਡ ਇਹ 'ਚ 10-11 ਵਜੇ ਤੱਕ ਇੱਧਰੋਂ ਗੱਡੀ ਨੂੰ ਧੁੱਪ ਰਹਿੰਦੀ ਹੈ ਫਿਰ ਉਸ ਤੋਂ ਬਾਅਦ ਦੂਸਰੀ ਸਾਈਡ ਤੋਂ ਗੱਡੀ ਨੂੰ ਧੁੱਪ ਰਹਿੰਦੀ ਆ ਅਤੇ ਜਿਹੜਾ ਨਾ ਇਹ ਦੋਨੋਂ ਸੂਰਤਾਂ 'ਚ ਜਿਹੜੀ ਹੈ ਨਾ ਇੱਥੇ ਧੁੱਪ ਰਹਿੰਦੀ ਆ ਅਤੇ ਹੁਣ ਜੇ ਅਸੀਂ ਵਿਹਲੇ ਹੋ ਗਏ ਹਾਂ ਅਤੇ ਇਨਸ਼ਾਅੱਲਾ ਹੁਣ ਜਿਹੜਾ ਨਾ ਆਪਣੇ ਕੰਮ ਕਾਰ ਜਿਹੜੇ ਆ ਨਾ ਉਹ ਐਸੇ ਤਰੀਕੇ ਨਾਲ ਕਰਾਂਗੇ ਅਤੇ ਜਿਹੜਾ ਜਿੰਨੇ ਵੀ ਕੰਮ ਸਾਡੇ ਅਧੂਰੇ ਪਏ ਨੇ ਉਹਨਾਂ ਨੂੰ ਸਾਰਿਆਂ ਨੂੰ ਕੰਪਲੀਟ ਕਰਾਂਗੇ ਅਤੇ ਹੁਣ ਸਾਡਾ ਜਿਹੜਾ ਨਾ ਟਫ ਟਾਈਮ ਪੀਰੀਅਡ ਜਿਹੜਾ ਨਾ ਉਹ ਗੁਜ਼ਰ ਗਿਆ ਅਤੇ ਹੁਣ ਅਸੀਂ ਬਿਲਕੁਲ ਸਾਰਾ ਦਿਨ ਈਜ਼ੀ ਹਾਂ। ਚੱਕ ਕੇ ਹੁਣ ਜਿਹੜਾ ਨਾ ਉੱਥੇ ਦੀਵਾਰ ਨਾਲ ਖੜ੍ਹਾ ਕਰਦਾ ਬਹੁਤ ਕੀਮਤੀ ਅਤੇ ਨਾਜ਼ੁਕ ਸ਼ੀਸ਼ਾ ਵਾ ਅਤੇ ਇਸ ਕਰਕੇ ਜਿਹੜਾ ਨਾ ਜਲਦੀ ਜਲਦੀ ਜੂੰ ਹੀ ਸੁੱਕਦਾ ਵਾ ਅਤੇ ਜੂੰ ਹੀ ਇਹਨਾਂ ਨੂੰ ਨਾ ਫਰਿੱਜ 'ਚ ਲਾ ਦੇਣਾ ਤਾਂ ਕਿ ਜ਼ਿਆਨ ਜਿਹੜਾ ਨਾ ਜ਼ਿਆਨ ਨਾ ਤੋੜ ਦੇ। ਸਹੀ ਹੈ ਇਹ ਰੱਖ ਦਿੱਤਾ ਜੀ। ਟਮਾਟਰ ਜਿਹੜੇ ਆ ਨਾ ਬੇਗਮ ਕਹਿੰਦੀ ਸੀ ਕਿ ਇੱਥੇ ਨਾ ਇੱਕ ਕੱਦੂ ਲੱਗਿਆ ਹੋਇਆ ਅਤੇ ਕੱਦੂ ਨਹੀਂ ਨਜ਼ਰ ਆਉਂਦਾ। ਕੱਦੂ ਮੇਰੇ ਖਿਆਲ ਉਹ ਛੋਟਾ ਜਿਹਾ ਇੱਥੇ ਹੈ ਦੇਖੋ ਇਹ ਲੱਗਦਾ ਪਿਆ ਵਾ ਹਾਂਜੀ। ਅਤੇ ਬਾਕੀ ਟਮਾਟਰ ਜਿਹੜੇ ਆ ਨਾ ਉਹ ਹੋ ਰਹੇ ਨੇ ਇਹ ਪੱਕਦੇ ਪਏ ਨੇ ਇਹ ਦੇਖੋ ਇਹ ਟਮਾਟਰ ਵੀ ਪੱਕ ਗਿਆ ਵਾ ਇਹ ਜਦੋਂ 2-3 ਦਿਨ ਪਿਆ ਰਹਿੰਦਾ ਅਤੇ ਇਹ ਪੀਲਾ ਹੋ ਜਾਂਦਾ। ਇਹ ਭਿੰਡੀਆਂ ਜੀ ਕਰੇਲੇ ਮਾਸ਼ਾਅੱਲਾ ਜੀ ਮਾਸ਼ਾਅੱਲਾ ਹੁਣ ਕੋਈ ਸਬਜ਼ੀ ਜਿਹੜੀ ਆ ਨਾ ਉਹ ਕੁਝ ਥੋੜ੍ਹੀ ਬਹੁਤੀ ਤੁਰੀ ਆ ਅੱਗੇ ਨਾਲੋਂ ਜੀ। ਅੱਜ ਮੈਂ ਨਾ ਇਸ ਦੀ ਫਿਟਿੰਗ ਕਰਵਾਊਂਗਾ ਸ਼ਾਮੀ ਅਤੇ ਇਹਦਾ ਮੈਂ ਸਮਾਨ ਲੈ ਕੇ ਆਉਂਦਾ ਅਤੇ ਕਾਰੀਗਰ ਨੂੰ ਇਲੈਕਟ੍ਰਿਕ ਨੂੰ ਬੁਲਵਾਇਆ ਅਤੇ ਉਹ ਅੱਜ ਇਹਦੀ ਨਾ ਮੁਕੰਮਲ ਫਿਟਿੰਗ ਕਰ ਜਾਏਗਾ ਅਤੇ ਮੈਂ ਕਿਹਾ ਵੀ ਇਹ ਵੀ ਸੀਨ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕੀਤਾ ਜਾਵੇ। ਹਾਂਜੀ ਕਿੰਨੇ ਕੁ ਰਹਿ ਗਏ? ਅੱਛਾ ਸਬਜ਼ੀ ਵਾਲਾ ਖਾਣਾ ਰਹਿ ਗਿਆ ਸਹੀ ਠੀਕ। ਅੱਛਾ ਗਰਮੀ ਦੀ ਵਜ੍ਹਾ ਤੋਂ ਮੋਬਾਈਲ ਵੀ ਜਿਹੜਾ ਨਾ ਉਹ ਗਰਮ ਹੋ ਜਾਂਦਾ ਚਾਹੇ ਜਿੰਨਾ ਵੀ ਕੀਮਤੀ ਫੋਨ ਹੋ ਜਿੰਨੀ ਗਰਮੀ ਪੈਂਦੀ ਪਈ ਆ ਉਹ ਨਾ ਬਹੁਤ ਜ਼ਿਆਦਾ ਜਿਹੜਾ ਨਾ ਬਹੁਤ ਹੀ ਗਰਮੀ ਪੈ ਰਹੀ ਆ। ਜਿੱਥੇ ਕਿ ਨਾ ਸਾਫ਼ ਨਹੀਂ ਹੋਵੇ ਪਤਾ ਨਹੀਂ ਖੁਸ਼ਕ
ਦੇਖੀ 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 ਲੱਗਣ ਲੱਗੀ ਇਹਨੂੰ ਇੱਕ ਜਗ੍ਹਾ ਤੇ ਖੜੀ ਕਰ ਦਿਓ ਨਾ ਇਸ ਤਰ੍ਹਾਂ ਚਲ ਇਹਦੇ ਵਿੱਚ ਉਹ ਜਿਹੜੀਆਂ ਫੋਮ ਜਿਹੀਆਂ ਸੀ ਉਹ ਰੱਖ ਦਿਓ ਕਿੱਥੇ ਰੱਖਣੀ ਉਹ ਜਿਹੜੀਆਂ ਨਹੀਂ ਸੀ ਫੋਮ ਦੀਆਂ ਕਿਨਾਰੀਆਂ ਜਿਹੀਆਂ ਉਹਨਾਂ ਚੀਜ਼ਾਂ ਆਪ ਫੜ ਫੜ ਕੇ ਰੱਖੋ ਨਾ ਬੱਚੇ ਨੂੰ ਕਹੋ ਚੱਕੋ ਨਾ ਰੱਖੋ ਬੱਚੇ ਬੜਾ ਦੱਸਦੇ ਅਸੀਂ ਕੁਝ ਰੱਖਣ ਲੱਗੇ ਚੱਕਾਂਗੇ ਚਲੋ ਸ਼ੁਕਰ ਹੈ ਜਿਹੜੀ ਫਰਿੱਜ ਬਿਲਕੁਲ ਸਾਫ ਸੁਥਰੀ ਤੇ ਨਿਊ ਲੱਗਣ ਲੱਗ ਗਈ ਹੁਣ ਤੁਸੀਂ ਇਹ ਦੱਸੋ ਕਿ ਡੋਲ ਰੱਖਣਾ ਹੋਵੇ ਤਾਂ ਕਿੱਥੇ ਰੱਖੋਗੇ ਡੋਲ ਤਾਂ ਨਹੀਂ ਆਉਣਾ ਜਿੱਦਾਂ ਅੱਗੇ ਆਪਾਂ ਡੋਲ ਰੱਖਦੇ ਸੀ ਆਹ ਸ਼ੀਸ਼ਾ ਕੱਢ ਕੇ ਇੱਥੇ ਨਾਲ ਹੀ ਪਾਇਆ ਹੋਇਆ ਸੀ ਮੇਰੇ ਕੋਲ ਹਾਂਜੀ ਤਾਂ ਹੀ ਮੈਂ ਤੁਹਾਨੂੰ ਆਖਿਆ ਵੀ ਇੱਕ ਸ਼ੀਸ਼ਾ ਉੱਪਰ ਕਰ ਦਿਓ ਹੁਣ ਆਹ ਤਾਂ ਇੱਥੇ ਹੀ ਆਉਂਦਾ ਹਾਂ ਇੱਥੇ ਹੀ ਆਉਣਾ ਦੇਖੋ ਤਾਂ ਹੁਣ ਡੋਲ ਰੱਖੋ ਤਾਂ ਬੋਲ ਆ ਜਾਣਾ ਠੀਕ ਆ ਤੇ ਢੱਕਣ ਲਾ ਲਓ ਹੁਣ ਚਲੋ ਮੈਂ ਫਰਿੱਜ ਚਲਾ ਦੇਣਾ ਮੱਖੀਆਂ ਪਰੇ ਕਰੋ ਸਾਰੀਆਂ ਤਰ੍ਹਾਂ ਲੱਗਦੀਆਂ ਦੇਖੋ ਕੱਲ੍ਹ ਲੱਗੀਆਂ ਹੋਈਆਂ ਸੀ ਇਹ ਦੇਖੋ ਤਰ੍ਹਾਂ ਹਾਂਜੀ ਇਹ ਸਾਰੀਆਂ ਤਰ੍ਹਾਂ ਲੱਗਦੀਆਂ ਪਈਆਂ ਅਤੇ ਅਸੀਂ ਸਬਜ਼ੀਆਂ ਨੂੰ ਪਾਣੀ ਲਗਾਉਂਦੇ ਪਏ ਹਾਂ ਇਸ ਤੋਂ ਇਹ ਸਾਡੀਆਂ ਸਬਜ਼ੀਆਂ ਕਿਉਂਕਿ ਅਗਰ ਸਬਜ਼ੀਆਂ ਨੂੰ ਡੇਲੀ ਪਾਣੀ ਨਾ ਨਾ ਲਾਓ ਤਾਂ ਇਹ ਮੁਰਝਾ ਜਾਂਦੀਆਂ ਰੋਜ਼ ਅਸੀਂ ਜਿਹੜਾ ਨਾ ਹੁਣ ਇੱਕ ਇੱਕ ਰੂਮ ਕਰਕੇ ਸੈੱਟ ਕਰਾਂਗੇ ਡੇਲੀ ਨਾ ਹਰ ਰੂਮ ਇੱਕ ਰੂਮ ਨੂੰ ਡੈਕੋਰੇਟ ਕਰਾਂਗੇ ਸਫਾਈ ਕਰਾਂਗੇ ਡੈਕੋਰੇਟ ਕਦੋਂ ਨਾ ਕਰਾਂਗੇ ਹਾਂਜੀ
ਇਹੀ ਕਹਿਣ ਦਾ ਮਕਸਦ ਸੀ ਮੇਰਾ। ਇਹ ਨਹੀਂ ਹੈਗਾ ਮਕਸਦ, ਡੈਕੋਰੇਟ ਹੁੰਦਾ ਵੀ ਚੱਜ ਸਵਾਦ ਦੀ ਸ਼ੈ ਪਈ ਹੋਵੇ ਘਰ 'ਚ। ਤਾਂ ਮੱਖੀਆਂ ਨੇ ਇੰਨਾ ਜ਼ਰੂਰ ਕੀਤਾ ਪਿਆ ਵਾ, ਮੈਂ ਤਾਂ ਕਹਿੰਦੀ ਦੋ ਦਿਨ ਪੜਾਕਿਆਂ ਨੇ ਧੁੱਪਾਂ ਪਹਿਲਾਂ ਮੱਖੀਆਂ ਚੱਲੀਆਂ। ਮੱਖੀਆਂ ਨਹੀਂ ਮਰਦੀਆਂ? ਨਹੀਂ, ਦੋ ਤਿੰਨ ਧੁੱਪਾਂ ਚੰਗੀਆਂ ਲੱਗੀਆਂ ਤਾਂ ਚੱਲੀਆਂ ਨੇ। ਅੱਛਾ, ਤੁਸੀਂ ਹੁਣ ਮੈਨੂੰ ਨਾ ਉਹ ਕਰੋ, ਦਿਖਾਓ ਫਰਿੱਜ, ਦਿਖਾਓ ਫਰਿੱਜ, ਦਿਖਾਓ ਫਾਈਨਲ ਲੁੱਕ ਪਾਈਏ। ਮੱਖੀਆਂ ਨਹੀਂ ਜਨੀਰ ਛੱਡਦੀ। ਮਾਸ਼ਾਅੱਲਾ ਜੀ, ਮਾਸ਼ਾਅੱਲਾ ਮਾਸ਼ਾਅੱਲਾ, ਤੁਸੀਂ ਬਿੰਗਰ ਤੁਹਾਡੇ ਇੰਨੀ ਹੋਰ ਲੱਗੇ ਹੋਏ ਆ ਜਿੰਨੇ ਤੁਸੀਂ ਫਰਿੱਜ 'ਚ ਰੱਖੇ ਹੋਏ ਆ। ਚਲੋ ਇੱਕ ਰੋਟੀ ਬਣਾ ਦੇ ਬਸ। ਅੱਛਾ ਜੀ, ਕੱਦੂ ਥੋੜਾ ਜਿਹਾ ਨਾ ਪੱਕ ਗਿਆ ਤੇ, ਲੇਕਿਨ ਫਿਰ ਵੀ ਜਿਹੜਾ ਨਾ ਇੱਕ ਦੋ ਦਿਨ ਪਹਿਲੇ ਧੋਣਾ ਚਾਹੀਦਾ ਸੀ। ਚਲੋ ਕੋਈ ਗੱਲ ਨਹੀਂ, ਫਿਰ ਵੀ ਨਹੀਂ ਹੈ। ਹਾਂਜੀ, ਫਿਰ ਵੀ ਨਰਮ ਆ। ਰੋਟੀਆਂ ਬਣਾ ਕੇ ਰੱਖ ਲਈਆਂ ਮੈਂ, ਕੱਦੂ ਦਾ ਤਾਜ਼ਾ ਸਾਲਾ ਬਣਾ ਕੇ ਖਾਵਾਂ, ਅਤੇ ਅਗਰ ਭਿੰਡੀਆਂ ਨਾ ਕਾਲੀ ਤਾਂ ਮੇਰੇ ਤਾਂ ਅੱਗੇ ਨਹੀਂ ਠੀਕ ਹੈਗਾ। ਥੋੜ੍ਹਾ ਜਿਹਾ ਕੱਦੂ ਸ਼ੋਰਬੇ ਵਾਲਾ ਕਰ ਲਿਓ। ਨਹੀਂ, ਸ਼ੋਰਬਾ ਨਹੀਂ ਰੱਖਣਾ। ਅੱਛਾ, ਇਹ ਜੀ ਸਾਡੇ ਘਰ ਦੇ ਟਮਾਟਰ, ਸ਼ੋਰਬੇ ਵਾਲੀ ਪਾਈ ਚੱਲ, ਘਰ ਦੀਆਂ ਮਿਰਚਾਂ, ਘਰ ਦੇ ਟਮਾਟਰ, ਘਰ ਦੇ ਪਿਆਜ਼, ਅਤੇ ਸਾਰਾ ਕੁਛ ਮਾਸ਼ਾਅੱਲਾ ਘਰ ਦਾ। ਇਹ ਵੀ ਸਬਜ਼ੀ ਵੀ ਘਰ ਦੀ। ਕੱਦੂ ਦਾ ਸਾਲਨ ਬਣਦਾ ਪਿਆ, ਸਿਰਫ ਕੋਈ ਕੁਛ ਨਹੀਂ ਪਾਇਆ, ਕੋਈ ਦਾਲ ਨਹੀਂ ਪਾਈ। ਮੈਂ ਕਹਿੰਦੀ ਹਾਂ ਹੋਰ ਕੱਦੂ ਰੱਖਣੇ, ਫਿਰ ਅੱਜ ਤਾਂ ਪਹਿਲਾ ਦਿਨ ਉੱਦਾਂ ਵੀ ਖਾਧਾ ਜਾਣਾ ਵਾ ਚਾਹ ਚਾਹ ਨਾ। ਹਾਂ, ਅਤੇ ਫਿਰ ਮੈਂ ਕਿਹਾ ਵੀ ਜੋ ਰੂਬਨ ਤੋੜਾਂ ਦਾਲ ਪਾ ਲਾਂਗੇ, ਅਤੇ ਤੀਸਰੀ ਵਾਰੀ ਤੋੜਾਂਗੇ ਫਿਰ ਗੋਸ਼ਤ ਪਾ ਲਾਂਗੇ। ਸਹੀ ਹੈ, ਮਾਸ਼ਾਅੱਲਾ। ਇੱਕ ਦੋ ਕੱਦੂ ਹੋਰ ਲੱਗੇ ਹੋਏ ਆ, ਪਰੇ ਵੀ ਲੱਗੇ ਹੋਏ ਆ, ਕੱਲ੍ਹ ਨੂੰ ਤਰ੍ਹਾਂ ਜਿਹੜੀਆਂ ਨਾ ਉਤਰਨ ਵਾਲੀਆਂ ਹੋ ਜਾਣਗੀਆਂ, ਉਹ ਜਿਹੜੀਆਂ ਅੱਜ ਲੱਗੀਆਂ। ਪਹਿਲੀ ਜਿਹੜੀ ਸੀ ਤੋੜੀ, ਉਹ ਤਾਂ ਅੱਜ ਤੱਕ ਨਹੀਂ ਖਾਧੀ, ਉਹ ਅੱਜ ਖਾਧੀ ਜਾਏਗੀ ਨਾ। ਫਰਿੱਜ 'ਚ ਰੱਖੋ ਧੋ ਕੇ, ਠੰਡੀ ਸੁਣ ਹੋਵੇ, ਠੀਕ ਹੋ ਗਿਆ। ਤਾਂ ਮੈਂ ਜਿਹੜਾ ਕੱਲ੍ਹ ਚੱਕੀ ਥੱਲੇ ਪੀ ਜਾਂਦੇ। ਅੱਛਾ ਜੀ, ਕੱਦੂ ਤਕਰੀਬਨ ਬਣ ਚੱਲਿਆ ਵਾ, ਬਸ ਮੈਂ ਚੈੱਕ ਕਰਾਂ ਨਰਮ ਬਣਾ ਦੂੰਗਾ, ਨਹੀਂ ਹਲੇ ਥੋੜ੍ਹੀ ਜਿਹੀ ਕਸਰ, ਅਤੇ ਇਹ ਹੋਰ ਮੈਂ ਨਰਮ ਦਿਖਾਉਂਦੇ ਹਾਂ ਰੋਟੀ ਪੈ ਕੇ। ਅੱਛਾ, ਗਰਮੀਆਂ ਨੂੰ ਜਿਹੜਾ ਨਾ ਅੱਗ ਕਾਫੀ ਤੇਜ਼ ਚੱਲਦੀ ਹੈ, ਬਾਲਣ ਸੁੱਕ ਜਾਂਦਾ। ਦੋ ਕੁ ਲੱਕੜੀਆਂ ਲੱਗੀ ਰਹਿੰਦੀਆਂ ਸਰਦੀਆਂ ਨੂੰ, ਇੰਨਾ ਬਾਲਣ ਲਾ ਲਓ ਉਹਨੂੰ ਵੀ ਨਹੀਂ ਲੱਗਦੀ ਇਸ ਤਰ੍ਹਾਂ। ਹਾਂਜੀ, ਚਲੋ ਜੀ, ਦੇਖਣ ਵਾਲੇ ਭੈਣ ਭਰਾਵਾਂ ਤੋਂ ਇਜਾਜ਼ਤ ਲੈ ਲਈਏ, ਇਨਸ਼ਾਅੱਲਾ ਫਿਰ ਮਿਲਦੇ ਇੱਕ ਪਿਆਰੀ ਜੀ ਵੀਡੀਓ 'ਚ, ਅਤੇ ਆਪਣਾ ਖਿਆਲ ਰੱਖਣਾ। ਅੱਲਾ ਹਾਫਿਜ਼ ਜੀ, ਅੱਲਾ ਹਾਫਿਜ਼।